ਕੀ ਮਸਲਾ, ਆਖਿਰ ਕਿਸ ਮਸਲੇ ਨੂੰ ਲੈ ਕੇ ਧਾਮੀ ਸਾਹਿਬ ਉਹਨਾਂ ਨਾਲ ਮੁਲਾਕਾਤ ਹੋਈ, ਕਿਸ ਤਰ੍ਹਾਂ ਦੀ ਚਰਚਾ ਹੋਈ ਔਰ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਕੀ ਕੁਝ ਸਾਹਮਣੇ ਆਇਆ? ਦੇਖੋ, ਸਾਡਾ ਇੱਕ ਵੱਡਾ ਇਤਰਾਜ਼ ਸੀ ਕਿਉਂਕਿ ਹੁਣ ਮੌਜੂਦਾ ਸਮੇਂ ਦੇ ਵਿੱਚ ਸਮਾਂ ਥੋੜ੍ਹਾ ਰਹਿ ਗਿਆ ਵੋਟਰ ਸੂਚੀ ਤਿਆਰ ਹੋਣ ਨੂੰ। ਉਹਦੇ ਵਿੱਚ ਬਹੁਤ ਸਾਰੇ ਹਲਕਿਆਂ ਦੇ ਵਿੱਚੋਂ ਅਤੇ ਬਹੁਤ ਸਾਰੇ ਜ਼ਿਲ੍ਹਿਆਂ 'ਚੋਂ ਇਹ ਕੰਪਲੇਂਟਾਂ ਆਉਂਦੀਆਂ ਸੀ ਕਿ ਜਿਹੜੇ ਵੋਟਰ ਨਹੀਂ ਵੀ ਬਣਦੇ ਕਾਬਲ, ਕੌਰ ਅਤੇ ਸਿੰਘ ਨਾਲ ਲੱਗਿਆ ਉਹਨਾਂ ਦੇ ਧੜਾ ਧੜ ਵੋਟਾਂ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ। ਮੈਂ ਤੁਹਾਡੇ ਮੀਡੀਅਮ ਰਾਹੀਂ ਇੱਕ ਇਹ ਵੀ ਕਹਿਣਾ ਚਾਹੁੰਦਾ ਕਿ ਅਸੀਂ ਵੋਟਾਂ ਬਣਾਉਣ ਦੇ ਖਿਲਾਫ਼ ਨਹੀਂ, ਵੋਟਾਂ ਸਾਰਿਆਂ ਨੂੰ ਅਧਿਕਾਰ ਆ, ਹਰ ਇੱਕ ਆਪਣਾ ਵੋਟਰ ਰਜਿਸਟਰਡ ਕਰਾ ਸਕਦਾ, ਪਰ ਉਹ ਕੁਆਲੀਫਾਈ ਜਿਵੇਂ ਅਸੈਂਬਲੀ ਦੀਆਂ ਏਮੇ ਨੇਗੀਆਂ, ਇਹਦੇ ਵਿੱਚ ਇੱਕ ਤਾਂ ਉਮਰ 21 ਸਾਲ ਆ, ਦੂਜਾ ਇਹਦੇ ਵਿੱਚ ਸਿੰਘ ਜਾਂ ਕੌਰ ਲੱਗਾਇਆ ਹੋਵੇ, ਤੀਜਾ ਸਾਬਤ ਸੂਰਤ ਹੋਵੇ ਜਾਂ ਅੰਮ੍ਰਿਤਧਾਰੀ ਹੋਵੇ। ਸੋ ਸਾਡੇ ਹੁਣ ਆਈ ਸੀ ਜਾਣਕਾਰੀ ਦੇ ਵਿੱਚ ਕਿ MLA ਕੌਂਸਟੀਚੁਐਂਸੀ ਦੀਆਂ ਵੋਟਾਂ ਚੱਕ ਕੇ, ਲਿਸਟਾਂ ਚੱਕ ਕੇ ਉਹ ਜਿਹੜੀਆਂ ਆ ਉਹ ਲਿਸਟਾਂ ਭਰਾਈ ਜਾ ਰਹੀਆਂ, ਫਾਰਮ ਆ ਉਹ ਵੀ ਆਪ ਸਾਈਨ ਕੀਤੇ ਜਾ ਰਹੇ। ਉਹ ਹੁਣ ਉਹਨਾਂ ਦੇ ਧਿਆਨ 'ਚ ਲਿਆਂਦੀ ਆ ਕਿ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਜਾਵੇ ਤਾਂ ਕਿ ਜਿਹੜੀ ਵੋਟਰ ਆ ਉਹ ਹੀ ਬਣੇ ਜਿਹੜਾ ਵੋਟਰ ਦਾ ਅਧਿਕਾਰੀ ਆ। ਸਮਝੋ, ਐਸਾ ਕਿਉਂ ਤੋਂ ਲੱਗਦਾ ਜਾਂ ਐਸਾ ਕਿਉਂ ਲੱਗਦਾ ਜੇ ਹੋ ਰਿਹਾ ਤਾਂ ਕਿ ਇਹਦੇ ਪਿੱਛੇ ਕੀ ਮਨਸ਼ਾ ਹੋ ਸਕਦੀ ਆ? ਔਰ ਜੇ ਕੋਈ ਵਿਅਕਤੀ, ਜੇ ਮੈਂ ਚਾਹਾਂ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਨੂੰ ਵੀ ਆਪਦੇ ਅੰਦਰ ਝੱਕਣਾ ਪਏਗਾ ਕਿ ਇਹ ਵੋਟ ਬਣ ਕੇ ਇਸ ਚੀਜ਼ ਲਈ ਰਹੀ ਆ, ਤਾਂ ਕੀ ਲੱਗਦਾ ਤੁਹਾਨੂੰ ਕਿ ਆਖਿਰ ਕਿਉਂ ਐਸਾ ਹੋ ਰਿਹਾ? ਇਹ ਕਈ ਵਾਰੀ ਕੀ ਹੁੰਦਾ, ਉਹ ਕਹਿੰਦੇ ਨਾ ਕਈ ਵਾਰੀ ਵੀ ਉਹ ਅੰਨੇ ਦੇ ਪੈਰ ਥੱਲੇ ਬਟੇਰ ਆ ਗਿਆ, ਸ਼ਿਕਾਰੀ ਬਣ ਗਿਆ। ਇਹਦੇ ਪਿੱਛੇ ਕਈ ਭਾਵਨਾਵਾਂ ਜਿਹੜੀਆਂ ਹਲੇ ਮੈਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦਾ। ਦੇਖੋ, ਮੈਂ ਬਾਰ ਬਾਰ ਕਹਿੰਦਾ ਅਸੀਂ ਵੋਟਾਂ ਬਣਾਉਣ ਦੇ ਬਿਲਕੁਲ ਖਿਲਾਫ਼ ਨੇ, ਵੋਟਾਂ ਬਣਾਓ ਪਰ ਬਣਾਓ ਜਿਹੜੀਆਂ ਬਣਨ ਵਾਲੀਆਂ ਆ, ਨਾ ਕਿ ਆਪਾਂ ਅੰਧਾ ਧੁੰਦ ਲਿਸਟਾਂ ਭਰੀਏ ਫਿਰ ਕਹਿਣਗੇ ਵੀ ਤੁਸੀਂ ਜੀ ਇਤਰਾਜ਼ ਦੇ ਦਿਓ। ਇਤਰਾਜ਼ ਹੁਣ ਆਮ ਹਲਕਿਆਂ 'ਚ 400-400 ਪਿੰਡ ਆ, ਉਹ 'ਚ ਕੀ ਇਤਰਾਜ਼ ਤੁਸੀਂ ਦਿਓਗੇ? ਸੋ ਇਸ ਕਰਕੇ ਸਾਰੀਆਂ ਉਹਨਾਂ ਦੇ ਧਿਆਨ 'ਚ ਲਿਆਂਦੀਆਂ ਗੱਲਾਂ ਉਹਨਾਂ ਨੇ ਫੌਰੀ ਇੰਸ਼ੋਰੈਂਸ ਵੀ ਦਿੱਤੀ ਆ ਭਾਈ, ਬਿਲਕੁਲ ਜੋ ਐਜ਼ ਪਰ ਲਾਓ ਉਹਦੇ ਮੁਤਾਬਕ ਜਿਹੜੀਆਂ ਵੋਟਾਂ ਬਣਾਈ ਜਾਂਦੀਆਂ। ਡਾਟਾ ਕੀ ਆਇਆ ਤੁਹਾਡੇ ਕੋਲ ਹੁਣ ਤੱਕ ਜੀ, ਕਿੰਨੀ ਵੋਟ ਬਣ ਚੁੱਕੀ ਹੈ, ਪਹਿਲਾਂ ਦਾ ਅੰਕੜਾ ਕੀ ਸੀ ਔਰ ਹੁਣ ਤੱਕ ਜਿਹੜੀ ਵੋਟ ਬਣੀ ਉਹਦਾ ਅੰਕੜਾ ਕੀ ਹੈ? 5-8 ਤੱਕ ਜਿਹੜੀਆਂ ਤਕਰੀਬਨ 30 ਲੱਖ ਤੋਂ ਉੱਤੇ ਵੋਟਾਂ ਬਣੀਆਂ, ਅਤੇ ਹੁਣ ਮੈਨੂੰ ਕਿਉਂਕਿ ਜਿਹੜੀ ਇਨਫੋਰਮੇਸ਼ਨ ਮਿਲੀ ਆ ਵੀ ਹੁਣ ਤਾਂ ਧੜਾ ਧੜ BLO ਵੀ ਸਰਕਾਰਾਂ ਨੇ ਸੱਦੇ ਆ ਅਤੇ ਵੋਟਰ ਸੂਚੀਆਂ ਲਈਆਂ ਅਤੇ ਭਰੀ ਭਰਾਈ ਜਾਂਦੀ, ਕਿਉਂਕਿ ਹੁਣ ਫੋਟੋ ਬੀਬੀਆਂ ਵਾਲੀ ਦਾ ਉਹ ਵਿੱਚੋਂ ਕਟੀਰੀਆ ਖਤਮ ਕਰਤਾ, ਖਤਮ ਨਹੀਂ ਕੀਤਾ, ਉਹਨੂੰ ਕਿਹਾ ਜੇ ਲਾਉਣੀ ਲਾ ਲਓ, ਜੇ ਨਹੀਂ ਲਾਉਣੀ ਤਾਂ ਵੀ ਚੱਲ ਜਾਊਗਾ। ਇਸ ਕਰਕੇ ਸਾਨੂੰ ਖਾਸਾ ਆ ਵੀ ਹੁਣ ਜਿਹੜੇ ਰਜਿਸਟਰਡ ਹੋਣੇ ਚਾਹੀਦੇ ਵੋਟਰ ਉਹ ਤਾਂ ਹੋਣ ਹੀ ਹੋਣ, ਪਰ ਜਿਹੜੇ ਨਹੀਂ ਹੋ ਸਕਦੇ ਉਹਨਾਂ ਦੀਆਂ ਵੀ ਵੋਟਾਂ ਜਿਹੜੀਆਂ ਬਣਾ ਜਾਂਦੀਆਂ। ਆਖਰੀ ਸਵਾਲ ਸਿਰਫ ਜਾਗਰੂਕਤਾ ਦੇ ਲਈ ਕਿ ਜਿਹੜੇ ਲੋਕ ਵੋਟ ਬਣਾਉਣੀ ਚਾਹੁੰਦੇ ਨੇ, ਇੱਕ ਤਾਂ ਇਹ ਕਿ ਇਹ ਸਾਰੀਆਂ ਨਵੇਂ ਸਿਰੇ ਤੋਂ ਵੋਟਾਂ ਬਣਨਗੀਆਂ, ਪਹਿਲਾਂ ਵਾਲੀ ਲਿਸਟ ਜਿਹੜੀ ਹੈ ਉਹਦੀ ਜਗ੍ਹਾ 'ਤੇ ਟੋਟਲ ਨਵੀਂ ਲਿਸਟ ਹੋਏਗੀ, ਦੂਜਾ ਕਿ ਜੇ ਕੋਈ ਵੋਟ ਬਣਾਉਣੀ ਚਾਹੁੰਦਾ ਤਾਂ ਉਹ ਆਪਣੇ ਅੰਦਰ ਉਹਨੂੰ ਕੀ ਕੁਝ ਦੇਖਣਾ ਪਏਗਾ ਆਪਣੇ ਪਹਿਰਾਵੇ 'ਚ, ਜਾਂ ਉਹ ਕਿਹੜੇ ਲੋਕ ਨੇ ਜਿਹੜੇ ਵੋਟ ਬਣਾ ਸਕਣਗੇ? ਦੇਖੋ, ਸਭ ਤੋਂ ਵੱਡਾ ਉਹਦੇ ਵਿੱਚ ਪਹਿਲਾਂ ਤਾਂ ਕੌਰ ਜਾਂ ਸਿੰਘ ਚਾਹੀਦਾ, ਸੈਕੰਡ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਕਰਕੇ ਜਾਣਦਾ, ਗੁਰੂ ਮੰਨਦਾ, ਫਿਰ ਉਹ ਸਾਬਤ ਸੂਰਤ ਇਹਦਾ ਸੈਂਸ, ਉਹਨੂੰ ਸਹਿਜਧਾਰੀ ਗਿਣਦੇ ਆ ਜਿਹਨੇ ਅੰਮ੍ਰਿਤਾ ਨਹੀਂ ਛਕਿਆ ਪਰ ਉੱਦਾਂ ਦਾੜਾ ਕੇਸ ਰੱਖਿਆ ਆ, ਅਤੇ ਦੂਜੇ ਹੈਗੇ ਆ ਜਿਹੜੇ ਅੰਮ੍ਰਿਤਧਾਰੀ ਆ। ਇਹ ਬੇਸਿਕ ਤੌਰ ਦੇ ਉੱਤੇ ਸਾਡੀ ਲੜਾਈ ਵੀ ਇਹੋ ਸੀ ਵੀ ਇੱਕ ਅੰਮ੍ਰਿਤਧਾਰੀ ਆ ਅਤੇ ਇੱਕ ਸਹਿਜਧਾਰੀ ਆ, ਪਰ ਹੁਣ ਜਿਹੜੇ ਰੋਮਾਂ ਦੀ ਬੇਅਦਬੀ ਕਰਦੇ ਆ ਉਹਨਾਂ ਨੂੰ ਵੀ ਸਹਿਜਧਾਰੀ ਦੇ ਰੂਪ ਦੇ ਵਿੱਚ ਪਾ ਕੇ ਜਿਹੜੀ ਆ ਰਜਿਸਟਰੇਸ਼ਨ ਕੀਤੀ ਜਾ ਰਹੀ ਆ। ਸੋ ਮੈਂ ਹਰ ਸਾਲ ਦੂਜੀ ਤੀਜੀ ਚੌਥੀ ਇਲੈਕਸ਼ਨ ਦੇ ਵਿੱਚ ਭਾਗ ਲੈ ਰਿਹਾ। ਇਹ ਕ੍ਰਾਈਟੀਰੀਆ ਇੱਦਾਂ ਹੁੰਦਾ ਵੀ ਹਰ ਸਾਲ ਜਦੋਂ ਹਰ ਇਲੈਕਸ਼ਨ ਦੇ ਵਿੱਚ ਵੋਟਾਂ ਨਵੇਂ ਸਿਰੋਂ ਬਣਦੀਆਂ, ਕਿਉਂਕਿ ਉਹਦੇ ਵਿੱਚ ਕ੍ਰਾਈਟੀਰੀਆ ਇੱਕ ਹੁੰਦਾ ਐਫੀਡੈਵਿਟ ਦੇ ਰੂਪ ਦੇ ਵਿੱਚ ਕਿ ਮੈਂ 10 ਗੁਰੂ ਸਾਹਿਬਾਨ ਦੇ ਆਸ਼ੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਆਪਣਾ ਆਸਥਾ ਰੱਖਦਾ, ਉਹਨਾਂ ਅਨੁਸਾਰ ਮੈਂ ਆਪਣੇ ਸਾਰੇ ਜਿਹੜੇ ਆ ਰੋਹ ਰੀਤਾਂ ਕਰਦਾ। ਉਹ ਇੱਦਾਂ ਦਾ ਇੱਕ ਪਤਤ ਨਹੀਂ ਗਾ
ਉਮਰ ਮੇਰੀ ਇੰਨੀ ਆ, ਬਜਟ ਕਰੈਤੀਆਂ ਨਹੀਂ ਗਾ, ਉਹ ਸਾਰੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਆ। ਇਹ ਲਾਸਟ ਡੇਟ ਕਦੋਂ ਤੱਕ ਬਣਾ ਸਕਦੇ? ਇਹ 16 ਸਪਟੰਬਰ ਆ। ਤਾਂ 16 ਸਪਤੰਬਰ ਤੱਕ ਕਹਿੰਦੇ ਨੇ ਕਿ ਵੋਟਾਂ ਬਣਾ ਸਕਦੇ ਨੇ, ਪਰ ਕਹਿੰਦੇ ਕਿ ਜਿਹੜੀਆਂ ਵੋਟਾਂ ਬਣਾਈਆਂ ਜਾ ਰਹੀਆਂ ਨੇ ਉਹਦੇ ਵਿੱਚ ਕਹਿੰਦੇ ਨੇ ਗੜਬੜ ਹੋ ਰਹੀ ਆ, ਉਹਨਾਂ ਲੋਕਾਂ ਦੀ ਵੋਟ ਬਣ ਰਹੀ ਹੈ ਜਿਹੜੇ ਲੋਕ ਸ਼ਾਇਦ ਇਸ ਦਾਇਰੇ ਦੇ ਵਿੱਚ ਨਹੀਂ ਆਉਂਦੇ, ਕਿਉਂਕਿ ਸਧਾਰਨ ਵੋਟ ਅਤੇ ਧਾਰਮਿਕ ਵੋਟ, ਇੱਕ ਸਿੱਖ ਦੀ ਵੋਟ ਦੇ ਵਿੱਚ ਬੜਾ ਫਰਕ ਹੈ। ਫਿਲਹਾਲ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਜਸਟਿਸ ਐਸ ਐਸ ਸਾਰੋ ਨੂੰ ਮਿਲ ਕੇ ਆਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣੀ।